ਵੀਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ ਜੀ। ਡਾਕਟਰ ਸਾਹਿਬ, ਸਾਡੇ ਕੋਲ ਪਹਿਲੀ ਈਮੇਲ ਆਈ ਹੈ ਜੰਮੂ ਤੋਂ ਵੀਰ ਅਮਰਦੀਪ ਸਿੰਘ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਪੰਜਾਬ ਦੀ ਸਥਿਤੀ ਦਾ ਪਿਛੋਕੜ ਅਤੇ ਅੱਜ ਅਤੇ ਸਿੱਖ ਧਰਮ ਅਤੇ ਮੇਰੀ ਮਾਨਸਿਕ ਸਥਿਤੀ। ਇਹ ਲਿਖਦੇ ਹਨ, ਤੁਸੀਂ ਦੇਖੋ ਕਿ ਜੇ ਅਸੀਂ ਪਿਛੋਕੜ ਨੂੰ ਭੁੱਲ ਜਾਈਏ ਤਾਂ ਇਹ ਬਾਦਲ ਸਰਕਾਰ ਅਤੇ ਹੋਰ ਸਿੱਖ ਵਿਰੋਧੀ ਜਥੇਬੰਦੀਆਂ ਦੇ ਗੁਨਾਹਾਂ ਤੇ ਮਿੱਟੀ ਪਾ ਦੇਣ। ਕੀ ਇਹ ਬਰਦਾਸ਼ਤ ਕੀਤਾ ਜਾ ਸਕਦਾ ਹੈ? ਧਰਮ ਸਥਾਨਾਂ ਉੱਤੇ ਜਾਂ ਸੰਸਥਾਵਾਂ ਉੱਤੇ ਦਰਸ਼ਨਾਂ ਦਾ ਸਿੱਧਾ ਜਾਂ ਅਸਿੱਧਾ ਕਬਜ਼ਾ ਮੇਰੇ ਕੋਲੋਂ ਬਰਦਾਸ਼ਤ ਨਹੀਂ ਹੋ ਰਿਹਾ ਕਿ ਕੀ ਬਣੇਗਾ ਸਿੱਖ ਕੌਮ ਦੀ ਹੋਂਦ ਦਾ? ਕੀ ਸੱਚਮੁੱਚ ਸਾਡੀ ਕੌਮ ਜੈਨ ਧਰਮ ਅਤੇ ਬੁੱਧ ਧਰਮ ਦੀ ਤਰ੍ਹਾਂ ਖਤਮ ਤਾਂ ਨਹੀਂ ਹੋ ਜਾਵੇਗੀ? ਮੈਨੂੰ ਸਿੱਖ ਸੰਘਰਸ਼ ਦੇ ਕਾਲੇ ਪਿਛੋਕੜ ਬਾਰੇ ਪਤਾ ਲੱਗਣ ਤੇ ਬਹੁਤ ਗਹਿਰਾ ਸਦਮਾ ਪਹੁੰਚਿਆ ਹੈ। ਇੱਕ ਗੱਲ ਹੋਰ ਹੈ ਕਿ ਜੇ ਕਿਸੇ ਹਿੰਦੂ ਨੂੰ 5000 ਹਿੰਦੂ ਮਾਰਨ ਦੀ ਗੱਲ ਤੇ ਅੱਗ ਲੱਗਦੀ ਹੈ ਤਾਂ ਸਿੱਖ ਕਤਲਾਂ ਦੀ ਗਿਣਤੀ ਤਾਂ ਕਿਤੇ ਜ਼ਿਆਦਾ ਸੀ। ਉਹਨਾਂ ਨੂੰ ਅੱਗ ਲੱਗ ਸਕਦੀ ਹੈ ਤਾਂ ਸਾਡੇ 2.5 ਲੱਖ ਬੇਕਸੂਰ ਸਿੱਖਾਂ ਦਾ ਕਤਲ, 1984 ਓਪਰੇਸ਼ਨ ਬਲੂ ਸਟਾਰ ਦਾ, 1978 ਦੇ ਸਮੇਂ ਤੋਂ ਕੀਤੀ ਸਿੱਖ ਨਸਲ ਕੁਸ਼ੀ ਦਾ ਕੀ? ਸਾਡੇ ਮਨ ਵਿਚ ਬਲਦੀ ਅੱਗ ਜਾਂ ਜਵਾਲਾਮੁਖੀ ਦਾ ਕੀ? ਪਿਛਲੇ 10 ਸਾਲਾਂ ਤੋਂ ਜਿਹੜੀਆਂ ਸਿੱਖ ਵਿਰੋਧੀ ਗਤੀਵਿਧੀਆਂ ਹੋ ਰਹੀਆਂ ਹਨ ਉਹਨਾਂ ਦਾ ਕੀ? 20ਵੀਂ ਸਦੀ ਦੇ ਸਿੱਖ ਸੰਘਰਸ਼ ਨਾਲ ਸੰਬੰਧੀ ਮੈਂ ਬਹੁਤ ਬਰੀਕੀ ਨਾਲ ਪਿਛਲੇ 5 ਸਾਲਾਂ ਤੋਂ ਪੜ੍ਹ ਰਿਹਾ ਹਾਂ ਅਤੇ ਵਿਸ਼ਲੇਸ਼ਣ ਕਰ ਰਿਹਾ ਹਾਂ। ਮੈਂ ਫਰਜ਼ੀ ਸਟੋਰੀਆਂ ਤੇ ਤੱਥਾਂ ਤੋਂ 100% ਜਾਣੂ ਹਾਂ, ਪਰ ਮੇਰੇ ਅੰਦਰ ਜਵਾਲਾਮੁਖੀ ਫਟਦਾ ਹੈ ਜਦੋਂ ਮੈਂ ਇਹ ਸੁਣਦਾ ਹਾਂ ਕਿ 2.5 ਲੱਖ ਨੌਜਵਾਨਾਂ ਨਾਲ ਓਪਰੇਸ਼ਨ ਬਲੂ ਸਟਾਰ, ਵੁੱਡ ਰੋਜ਼ ਅਤੇ ਓਪਰੇਸ਼ਨ ਸ਼ੁੱਧੀਕਰਨ ਦੌਰਾਨ ਕੀ ਕੀਤਾ ਗਿਆ। ਮੇਰੇ ਮਨ ਦੀ ਸਥਿਤੀ ਹੌਲੀ ਹੌਲੀ ਇਹ ਹੋ ਗਈ ਹੈ ਕਿ ਜੇ ਅੱਧੀ ਰਾਤ ਨੂੰ ਸੁੱਤੇ ਪਏ ਕੋਈ ਸੰਘਰਸ਼ ਨਾਲ ਸੰਬੰਧਿਤ ਖਿਆਲ ਆ ਜਾਵੇ ਮਨ ਵਿੱਚ ਤਾਂ ਉਦੋਂ ਹੀ ਉੱਠ ਕੇ ਕੋਈ ਖਬਰ, ਕੋਈ ਆਡੀਓ ਜਾਂ ਵੀਡੀਓ ਪ੍ਰੋਗਰਾਮ ਦੇਖਣ ਸੁਣਨ ਲੱਗ ਜਾਂਦਾ ਹਾਂ। ਪਰ ਸਭ ਤੋਂ ਜ਼ਰੂਰੀ ਤੱਥ ਇਹ ਹੈ ਕਿ ਜੋ ਇਸ ਸੰਘਰਸ਼ ਦੌਰਾਨ ਦਰਬਾਰ ਸਾਹਿਬ ਤੇ ਹਮਲੇ ਤੋਂ ਪਹਿਲਾਂ ਜਾਂ ਪਿੱਛੋਂ ਜਿਸ ਤਰ੍ਹਾਂ ਦਾ ਪਸ਼ੂ ਬਿਰਤੀ ਵਰਤਾਵਾ ਇਹਨਾਂ ਸਰਕਾਰਾਂ ਵੱਲੋਂ ਜਾਂ ਸਰਕਾਰੀ ਆਗੂਆਂ ਵੱਲੋਂ, ਚਾਹੇ ਉਹ ਵੱਡੇ ਅਹੁਦੇ ਤੇ ਹੋਣ ਜਾਂ ਛੋਟੇ ਅਹੁਦੇ ਤੇ ਹੋਣ, ਸਾਡੇ ਨਾਲ ਕੀਤਾ ਗਿਆ ਉਸ ਦਰਦ ਦਾ ਮਾਨਸਿਕ ਤੌਰ ਤੇ ਬਹੁਤ ਗਹਿਰਾ ਅਸਰ ਪਿਆ ਹੈ। ਦਰਦ ਇੰਨਾ ਵੱਧ ਚੁੱਕਾ ਹੈ ਕਿ ਮੈਂ ਚਿੰਤਾ ਜਾਂ ਡਿਪਰੈਸ਼ਨ ਦਾ ਸ਼ਿਕਾਰ ਹੋਇਆ ਮਹਿਸੂਸ ਕਰਦਾ ਹਾਂ, ਕਿਉਂਕਿ ਮੈਂ ਆਪਣੀ ਕੰਮਕਾਜੀ ਜ਼ਿੰਦਗੀ ਅਤੇ ਪੜ੍ਹਾਈ ਵੱਲ ਧਿਆਨ ਨਹੀਂ ਦੇ ਪਾਉਂਦਾ। ਕੋਈ ਵੀ ਸੰਘਰਸ਼ ਨਾਲ ਸੰਬੰਧਿਤ ਨਾ ਪੱਖੀ ਗੱਲ ਕਰਦਾ ਹਾਂ, ਭਾਵੇਂ ਉਹ ਗੈਰ ਸਿੱਖ ਹੋਵੇ, ਉਸ ਵੇਲੇ ਸਾਰਾ ਕੰਮ ਛੱਡ ਕੇ ਉਸ ਨੂੰ ਸਾਰੀ ਸੱਚਾਈ ਦੱਸਣ ਨੂੰ ਜੀ ਕਰਦਾ ਹੈ, ਨਹੀਂ ਤਾਂ ਮੇਰੀ ਰਾਤਾਂ ਦੀ ਨੀਂਦ ਹਰਾਮ ਹੋ ਜਾਂਦੀ ਹੈ। ਪਹਿਲਾ ਸਵਾਲ ਹੈ ਉਹਨਾਂ ਦਾ, ਮੇਰੀ ਮਾਨਸਿਕ ਦਸ਼ਾ ਦਾ ਹੱਲ ਕੀ ਹੈ, ਕਿਉਂਕਿ ਮੈਂ ਤਾਂ ਪਾਗਲ ਹੋ ਜਾਣਾ ਹੈ। ਦੂਸਰਾ ਉਹਨਾਂ ਦਾ ਸਵਾਲ ਹੈ, ਜਿਵੇਂ ਓਪਰੇਸ਼ਨ ਬਲੂ ਸਟਾਰ ਬਾਰੇ ਅੱਜ ਦੁਨੀਆ ਭਰ ਵਿੱਚ ਬੈਠੇ ਸਿੱਖ ਤੱਥ ਜਗਜਾਰ ਕਰ ਰਹੇ ਹਨ, ਪਰ ਓਪਰੇਸ਼ਨ ਵੁੱਡ ਰੋਜ਼ ਅਤੇ ਬਲੈਕ ਥੰਡਰ ਬਾਰੇ ਕਿਉਂ ਨਹੀਂ ਕੋਈ ਗੱਲ ਕਰਦਾ? ਤੀਸਰਾ, ਕੀ 100 ਸਾਖੀ ਸਿੱਖਾਂ ਦਾ ਅਸਲੀ ਗ੍ਰੰਥ ਹੈ? ਜੇ ਹਾਂ ਤਾਂ ਮੈਂ ਚਾਹਾਂਗਾ ਕਿ ਕਰਨੀ ਨਾਮਾ ਬਾਰੇ ਵਿਚਾਰ ਸਾਂਝੇ ਕੀਤੇ ਜਾਣ। ਚੌਥਾ ਸਵਾਲ, ਮੈਂ ਇਹ ਵੀ ਸੁਣਿਆ ਹੈ ਕਿ ਜੇ ਓਪਰੇਸ਼ਨ ਥੰਡਰ ਬਲੈਕ ਥੰਡਰ ਸਮੇਂ ਸਿੱਖ ਖੜਕੂ ਆਤਮ ਸਮਰਪਣ ਨਾ ਕਰਦੇ ਤਾਂ KPS ਗਿੱਲ ਓਪਰੇਸ਼ਨ ਬਲੂ ਸਟਾਰ ਵਰਗਾ ਓਪਰੇਸ਼ਨ ਕਰਨ ਨੂੰ ਕਾਲਾ ਬੈਠਾ ਸੀ। ਇਹਨਾਂ ਸਵਾਲਾਂ ਦਾ ਜਵਾਬ ਜ਼ਰੂਰ ਦਿਓ। ਧੰਨਵਾਦ ਸਹਿਤ ਆਖਰੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਅਸੀਂ ਵੀਰ ਅਮਰਦੀਪ ਸਿੰਘ ਜੀ ਦੀ ਇਸ ਲਿਖਤ ਦਾ ਜਵਾਬ ਦੇਣ ਤੋਂ ਪਹਿਲਾਂ ਦੱਸਣਾ ਚਾਹੁੰਦੇ ਕਿ ਬਹੁਜਨ ਸਮਾਜ ਪਾਰਟੀ ਦੇ ਮੁਖੀ ਸਰ ਅਵਤਾਰ ਸਿੰਘ ਕਰੀਮਪੁਰੀ ਪੰਜਾਬ ਦੇ ਵਿੱਚ ਨੇ। ਉਹਨਾਂ ਦੇ ਨਾਲ ਅੱਜ ਜਿਹੜੀ ਵਿਸ਼ੇਸ਼ ਗੱਲਬਾਤ ਅਮਰਵੀਰ ਸਿੰਘ ਕਰਨਗੇ 9:30 ਵਜੇ ਤੁਹਾਡੀ ਆਵਾਜ਼ ਤੁਹਾਡੇ ਵਿਚਾਰ ਪ੍ਰੋਗਰਾਮ ਦੇ ਵਿੱਚ। ਪਹਿਲੀ ਵਾਰ ਉਹਨਾਂ ਨੇ ਦਰਸ਼ਕਾਂ ਦੇ ਰੂਬਰੂ ਹੋਣੇ
ਔਰ ਜਿਸ ਕਿਸਮ ਦੀਆਂ ਡਿਵੈਲਪਮੈਂਟਸ ਖਾਸ ਤੌਰ 'ਤੇ ਦਲਿਤ ਫੈਕਟਰ ਇਸ ਵੇਲੇ ਬੜੇ ਜ਼ੋਰ ਦੇ ਨਾਲ ਹਿੰਦੂਤਵੀਆਂ ਦੇ ਖਿਲਾਫ ਆਵਾਜ਼ ਉਹਨਾਂ ਨੇ ਬੁਲੰਦ ਕੀਤੀ ਹੈ, ਜੋ ਕੁਛ ਗੁਜਰਾਤ ਦੇ ਵਿੱਚ ਹੋਇਆ, ਪੰਜਾਬ ਦੇ ਵਿੱਚ ਖਾਸ ਤੌਰ 'ਤੇ ਫਗਵਾੜੇ ਜਿਵੇਂ ਸਿੱਖ ਨੌਜਵਾਨਾਂ ਨੇ, ਮੁਸਲਮਾਨਾਂ ਨੇ ਔਰ ਦਲਿਤਾਂ ਨੇ ਮਿਲ ਕੇ ਇਹਨਾਂ ਨੂੰ ਖਦੇੜਿਆ। ਸ਼ਿਵ ਸੈਨਿਕਾਂ ਨੂੰ ਜਿਹੜੇ ਕਿ ਮਸੀਤ ਦੇ ਉੱਤੇ ਪੱਥਰ ਮਾਰ ਰਹੇ ਸੀ ਔਰ ਮੁਸਲਮਾਨਾਂ ਦੇ ਨਾਲ ਜ਼ਿਆਦਤੀਆਂ ਕਰ ਰਹੇ ਸੀ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਬੜੀ ਚੰਗੀ ਡਿਵੈਲਪਮੈਂਟ ਹੈ ਕਿ ਇਹ ਗੱਲ ਸਮਝ ਆਉਣੀ ਸ਼ੁਰੂ ਹੋਈ ਹੈ ਸਾਡੇ ਭਰਾਵਾਂ ਭੈਣਾਂ ਨੂੰ ਕਿ ਅਲਟੀਮੇਟਲੀ ਸਾਡੀ ਡੈਸਟਨੀ ਬਾਕੀ ਘੱਟ ਗਿਣਤੀਆਂ ਮੁਸਲਮਾਨਾਂ, ਈਸਾਈਆਂ, ਬੋਧੀਆਂ ਔਰ ਖਾਸ ਤੌਰ 'ਤੇ ਦਲਿਤ ਭਾਈਚਾਰਾ ਜਿਹੜਾ ਕਿ ਆਪਣੇ ਆਪ ਦੇ ਵਿੱਚ ਇੱਕ ਸਟਰੈਂਥ ਹੈ। ਔਰ ਮੈਂ ਜਦੋਂ ਅੱਜ ਕਰੀਮਪੁਰੀ ਜੀ ਨਾਲ ਗੱਲ ਕਰ ਰਿਹਾ ਸੀ, ਮੈਂ ਕਿਹਾ ਜੀ ਮੈਂ ਤਾਂ ਹਮੇਸ਼ਾ ਹੀ ਇਹ ਕੋਟ ਕਰਦੇ ਲਿਖਦੇ, ਸਿੱਖਸ ਆਫ ਦਾ ਦਲਿਤ, ਬਾਈ ਦਾ ਦਲਿਤ, ਫੋਰ ਦਾ ਦਲਿਤ। ਸੋ ਦਰਸ਼ਕ ਜ਼ਰੂਰ ਟਿਊਨ ਇਨ ਰਹਿਣ ਉਹਨਾਂ ਦੇ ਨਾਲ ਗੱਲਬਾਤ ਨੂੰ ਸੁਣਨ ਦੇ ਲਈ। ਵੀਰ ਅਮਰਦੀਪ ਸਿੰਘ ਜੀ ਨੇ ਜਿਹੜਾ ਬੜਾ ਭਾਵਕ ਅੰਦਾਜ਼ ਵੀ ਹੈ ਔਰ ਜਿਸ ਕਿਸਮ ਦੀ ਪੀੜ ਉਹਨਾਂ ਨੂੰ ਹੈ, ਉਹਨਾਂ ਨੇ ਜਿਹੜੇ ਸਵਾਲ ਪੁੱਛੇ ਉਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਭਾਈ ਮੈਂ ਮਾਨਸਿਕ ਤੌਰ ਦੇ ਉੱਤੇ ਇੰਨਾ ਕੁ ਚਿੰਤਤ ਹੈ, ਮੇਰੀ ਪੜ੍ਹਾਈ ਸਫ਼ਰ ਕਰ ਰਹੀ ਹੈ ਔਰ ਕੰਮਕਾਜ ਸਫ਼ਰ ਕਰ ਰਿਹਾ। ਔਰ ਉਹਨਾਂ ਨੇ ਕਿਹਾ ਕਿ ਮੈਂ ਜਦੋਂ ਅੱਧੀ ਰਾਤ ਨੂੰ ਵੀ ਕੋਈ ਖਿਆਲ ਆਉਂਦਾ, ਬੜਬੜਾ ਕੇ ਉੱਠਦਾ, ਫਿਰ ਮੈਂ ਆਡੀਓ ਜਾਂ ਕੁਛ ਸੁਣਦਾ, ਦੇਖਦਾ, ਔਰ ਜੇ ਕੋਈ ਕਿਤੇ ਵੀ ਸਵਾਲ ਕਰਦਾ ਤਾਂ ਮੈਂ ਐਕਸਟਰਾ ਮਾਇਲ ਜਾਂਦਾ ਉਹਦੀ ਤਸੱਲੀ ਕਰਾਉਣ ਦੇ ਲਈ। ਔਰ ਉਹਨਾਂ ਨੇ ਪੁੱਛਿਆ ਕਿ ਵੀ ਮੈਂ ਕੀ ਕਰਾਂ, ਮੈਂ ਤਾਂ ਪਾਗਲ ਹੋ ਜਾਵਾਂਗਾ। ਉਸ ਤੋਂ ਪਹਿਲਾਂ ਉਹਨਾਂ ਨੇ ਇਹ ਕਿਹਾ ਵੀ ਪਿਛੋਕੜ ਨੂੰ ਭੁੱਲਿਆ ਨਹੀਂ ਜਾ ਸਕਦਾ, ਜਿਵੇਂ ਕਿ ਸਰਕਾਰਾਂ ਚਾਹੁੰਦੀਆਂ ਨੇ ਵੀ ਸਿੱਖ ਆਪਣੇ ਪਿਛੋਕੜ ਨੂੰ ਭੁੱਲਣ, ਬੁੱਧ ਅਤੇ ਜੈਨ ਧਰਮ ਵਾਂਗ ਕਿਤੇ ਸਾਡਾ ਵੀ ਸਫਾਇਆ ਤਾਂ ਨਹੀਂ ਹੋ ਜਾਏਗਾ। ਔਰ ਸਿੱਖ ਕਤਲਾਂ ਨੂੰ ਜਿਵੇਂ 1978 ਜੂਨ 84, ਨਵੰਬਰ 84, ਫਿਰ ਨਸਲਕੁਸ਼ੀਆਂ, ਉਹਨਾਂ ਨੇ ਕਿਹਾ ਕਿ ਵੀ 2.5 ਲੱਖ ਦੇ ਕਰੀਬ ਸਾਡੇ ਭਰਾਵਾਂ ਭੈਣਾਂ ਨੂੰ ਮਾਰਿਆ ਗਿਆ, ਵੀ ਮੇਰੇ ਅੰਦਰ ਜਵਾਲਾਮੁਖੀ ਉੱਠਦਾ, ਅੱਗ ਬਲਦੀ ਹੈ, ਮੈਂ 5 ਸਾਲ ਤੋਂ ਇਹ ਸਾਰੇ ਵੱਲ ਜਿਹੜਾ ਜ਼ਿਆਦਾ ਰੁੱਝਿਆ, ਇਸ ਮੈਂ ਹਰ ਤੱਤ ਨੂੰ ਬਰੀਕੀ ਦੇ ਨਾਲ ਪੜ੍ਹਿਆ। ਔਰ ਇਹ ਜੋ ਸਾਡੇ ਨਾਲ ਉਹਨਾਂ ਨੇ ਪਸ਼ੂ ਬਿਰਤੀ ਵਰਤਾਰਾ ਕੀਤਾ, ਇਹ ਨਾ ਭੁੱਲਣ ਵਾਲਾ ਔਰ ਨਾ ਕਾਬਲੇ ਮੁਆਫ਼ੀ ਹੈ। ਔਰ ਉਸ ਤੋਂ ਬਾਅਦ ਉਹਨਾਂ ਨੇ ਪਹਿਲਾ ਸਵਾਲ ਇਹ ਪੁੱਛਿਆ, ਉਹਨਾਂ ਦੇ 4 ਜਿਹੜੇ ਕੁਐਸਚਨ ਨੇ ਕਿ ਆਪਣੀ ਮਾਨਸਿਕ ਸਥਿਤੀ ਬਾਰੇ। ਦੇਖੋ ਇਹ ਜਦੋਂ ਜਿਵੇਂ ਅਧਿਆਤਮ ਦੀ ਦੁਨੀਆ ਦੇ ਵਿੱਚ ਇੱਕ ਸਟੇਜ ਆਉਂਦੀ ਹੈ ਜਦੋਂ ਤੁਸੀਂ ਉਸ ਸੱਚ ਦੇ ਲਈ, ਔਰ ਇਕੱਲੇ ਅਧਿਆਤਮ ਇਸ਼ਕ ਹਕੀਕੀ ਨਾਲ ਹੀ ਨਹੀਂ, ਇਸ਼ਕ ਮਿਜ਼ਾਜ਼ੀ ਦੇ ਵਿੱਚ ਵੀ ਹੁੰਦਾ, ਜਦੋਂ ਤੁਹਾਡੀ ਚਾਹਨਾ ਹੁੰਦੀ ਹੈ ਕਿਸੇ ਲਈ ਤਾਂ ਫਿਰ ਤੁਹਾਡੇ ਅੰਦਰ ਇੱਕ ਤੜਪ ਹੁੰਦੀ ਹੈ, ਜਿਸ ਦੇ ਲਈ ਅਸੀਂ ਬਿਰਹਾ, ਵੈਰਾਗ ਇਹ ਸ਼ਬਦ ਇਸਤੇਮਾਲ ਕਰਦੇ ਹਾਂ। ਜਾਂ ਅਧਿਆਤਮ ਦੀ ਦੁਨੀਆ ਜਿਵੇਂ ਬਾਬਾ ਫਰੀਦ ਨੇ ਕਿਹਾ ਕਿ ਬਿਰਹਾ ਬਿਰਹਾ ਆਖੀਏ, ਬਿਰਹਾ ਤੂੰ ਸੁਲਤਾਨ, ਫਰੀਦਾ ਜਿਤ ਤਨ ਬਿਰਹਾ ਨਾ ਉਪਜੈ, ਸੋ ਤਨ ਜਾਣ ਮਸਾਣ। ਸੋ ਇਹ ਬਿਰਹਾ ਵੈਰਾਗ ਵਿਛੋੜੇ ਦੀ ਦਾ ਸਲ, ਇਹ ਮਿਲਾਪ ਦੇ ਲਈ, ਵਸਲ ਦੇ ਲਈ, ਮੇਲ ਦੇ ਲਈ ਇਹ ਜ਼ਰੂਰੀ ਹੁੰਦਾ। ਇਸੇ ਤਰ੍ਹਾਂ ਜਦੋਂ ਤੁਸੀਂ ਇਤਿਹਾਸ ਪੜ੍ਹਦੇ ਹਾਂ ਜਾਂ ਜੋ ਘਟਨਾਕ੍ਰਮ ਤੁਸੀਂ ਦੇਖਿਆ ਜਿਸ ਨਾਲ ਤੁਸੀਂ ਜਿਹੜਾ ਉਹ ਸੰਗੋ ਪੰਗ ਹੋ ਰਹੇ ਹੋ, ਉਹ ਤੁਹਾਨੂੰ ਦਰਦ ਦਿੰਦਾ, ਪੀੜ ਦਿੰਦਾ, ਬੇਚੈਨੀ ਦਿੰਦਾ, ਇਹ ਤੁਹਾਡੇ ਅੰਦਰ ਇੱਕ ਕੌਮ ਦੇ ਲਈ ਪਿਆਰ ਦਾ ਜਿਹੜਾ ਹੈ ਪ੍ਰਗਟਾਇਆ। ਲੇਕਿਨ ਇੱਕ ਗੱਲ ਦਾ ਧਿਆਨ ਰਹੇ, ਔਰ ਮੈਂ ਅਕਸਰ ਇੱਥੇ ਵੀ ਹੁੰਦਾ ਕਿ ਕਈ ਵੀਰ ਭੈਣਾਂ ਜਦੋਂ ਇਸ ਪਾਸੇ ਨੇ ਉਹ ਬਹੁਤ ਤੇਜ਼ ਦੌੜਨਾ ਚਾਹੁੰਦੇ ਨੇ, ਔਰ ਇੰਨਾ ਉਹਨਾਂ ਦਾ ਹੋਏਗਾ ਵੀ ਆਪਾਂ ਇਹ ਕਿਉਂ ਨਹੀਂ ਕਰ ਲੈਂਦੇ, ਉਹ ਕਿਉਂ ਨਹੀਂ ਕਰ ਲੈਂਦੇ, ਇਹ ਕਿਉਂ ਨਹੀਂ। ਤਾਂ ਮੇਰਾ ਇਹ ਕਹਿਣਾ ਹੁੰਦਾ ਕਿ ਭਾਈ ਗੁਰੂ ਸਾਹਿਬ ਨੇ ਸਾਨੂੰ ਹਦਾਇਤ ਕੀਤੀ ਹੋਈ ਹੈ
ਕਿ ਜੈਸਾ ਵਿੱਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ। ਜਦੋਂ ਅਸੀਂ ਆਮ ਵੀ ਪੰਜਾਬੀ 'ਚ ਕਹਿੰਦੇ ਹਾਂ ਜੀ ਕਿ ਚਾਦਰ ਦੇਖ ਕੇ ਪੈਰ ਪਸਾਰੋ, ਜਾਂ ਅਸੀਂ ਕਹਿੰਦੇ ਜੀ ਆਪਣੇ ਵਿੱਤ ਅਨੁਸਾਰ ਅਸੀਂ ਵਰਤੇ ਹਾਂ ਜਾਂ ਵਰਤਦੇ ਹਾਂ। ਸੋ ਗੁਰੂ ਸਾਹਿਬ ਨੇ ਵੀ ਯਾਦ ਕਰਾਇਆ ਜੈਸਾ ਵਿੱਤ ਤੈਸਾ ਹੋਏ ਵਰਤੇ ਆਪਣਾ ਬਲ ਨਹੀਂ ਹਾਰੇ, ਕਿ ਆਪਣੇ ਆਪ ਨੂੰ ਨਿਟਾਰ ਨਾ ਕਰ ਲਓ, ਇਹ ਮੰਨ ਕੇ ਤੁਰੋ। ਦੇਖੋ ਇਹ ਅਕਾਲ ਪੁਰਖ ਦੀ ਰਹਿਮਤ ਨਾਲ ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ, ਦਸਵੇਂ ਪਾਤਸ਼ਾਹ ਦਾ ਸਾਜਿਆ ਖਾਲਸਾ, ਦਸਵੇਂ ਪਾਤਸ਼ਾਹ ਵਾਲੀ ਨੇ ਇਸ ਪੰਥ ਦੇ। ਅਸੀਂ ਬਹੁਤ ਛੋਟੇ ਜਿਹੇ ਪੁਰਜੇ, ਅਸੀਂ ਆਪਣੀ ਯੋਗਤਾ ਮੁਤਾਬਕ, ਆਪਣੇ ਸਾਧਨਾ ਮੁਤਾਬਕ, ਆਪਣੀ ਪਹੁੰਚ ਮੁਤਾਬਕ ਦੇਖੀਏ ਕਿ ਅਸੀਂ ਕੀ ਕੰਟਰੀਬਿਊਟ ਕਰ ਸਕਦੇ ਹਾਂ। ਸਰੀਰਕ, ਮਾਨਸਿਕ, ਆਰਥਿਕ, ਇਹ ਸਾਰੇ ਹੀ ਉਹੋ ਜਿਹੇ, ਹੋਰ ਕੁਛ ਨਹੀਂ ਹੈ। ਦੇ ਆਲਸੋ ਸਰਵ ਹੂ ਸਟੈਂਡ ਐਂਡ ਵੇਟ, ਜਿਹੜੇ ਦੋ ਵੇਲੇ ਅਰਦਾਸ ਕਰਦੇ ਨੇ ਉਹ ਵੀ ਕੰਟਰੀਬਿਊਟ ਕਰ ਰਹੇ ਹੁੰਦੇ ਨੇ। ਸੋ ਮੈਂ ਵੀਰ ਅਮਰਦੀਪ ਸਿੰਘ ਨੂੰ ਕਹਿਣਾ ਚਾਹਾਂਗਾ ਕਿ ਉਹ ਬੜੇ ਚੰਗੇ ਨੌਜਵਾਨ ਨੇ, ਜਜ਼ਬਾਤੀ ਨੇ, ਪੜ੍ਹਨ ਦਾ ਸ਼ੌਕ ਰੱਖਦੇ ਨੇ। ਔਰ ਸਾਡੇ ਲਈ ਗੱਲ ਜ਼ੁਲਮ ਕੱਲ੍ਹ ਵੀ ਹੋਇਆ, ਅੱਜ ਵੀ ਹੋਇਆ, ਜ਼ਾਲਮ ਨੇ ਕੱਲ੍ਹ ਵੀ ਕਰਨੇ। ਜੀ ਜੀ, ਜੰਮੂ 'ਚੋਂ ਰਹਿੰਦੇ ਨੇ, ਜੰਮੂ ਕਸ਼ਮੀਰ 'ਚ ਕਿਸ ਹੱਦ ਤੱਕ ਸਰਕਾਰ ਜਾ ਰਹੀ ਹੈ, ਔਰ ਕੈਪਟਨ ਅਮਰਿੰਦਰ ਸਿੰਘ ਵਰਗੇ ਦੁਮ ਛੱਲੇ ਜਿਹੜੇ ਨੇ ਉਹ ਕਿਸ ਹੱਦ ਤੱਕ ਜਾ ਕੇ ਅੱਗੋਂ ਮਰਵਾਉਣ ਲਈ ਤਿਆਰ ਨੇ। ਇਹੀ ਕੇਸ ਸਿੱਖਾਂ ਬਾਰੇ ਵੀ ਹੈ। ਇਸ ਕਿਸਮ ਦੇ ਹੀ ਲੋਕ, ਹੁਣ ਤਾਂ ਇਹ ਫੌਜੀ ਹੈ, ਜੂਨ 84 ਤੋਂ ਬਾਅਦ ਮੇਜਰ ਜਨਰਲ ਰਜਿੰਦਰ ਸਿੰਘ ਸਪੈਰੋ, ਉਹ ਆ ਕੇ TV ਦੇ ਉੱਤੇ ਵਧਾਈ ਦੇ ਰਿਹਾ ਸੀ ਇੰਦਰਾ ਗਾਂਧੀ ਨੂੰ। ਧਾਰਾ ਸਿੰਘ ਐਕਟਰ, ਜਿਹਨੂੰ ਬੜਾ ਕਈਆਂ ਨੇ ਸਿਰ 'ਤੇ ਚੁੱਕਿਆ ਹੁੰਦਾ, ਉਹਨੇ TV 'ਤੇ ਆ ਕੇ ਵਧਾਈ ਦਿੱਤੀ। ਸੋ ਇਹ ਨਾਲ ਨਾਲ ਹੀ ਚੱਲਦੇ ਨੇ ਜ਼ੁਲਮ। ਅਸੀਂ ਤਾਂ ਇਹ ਦੇਖਣਾ ਹੈ, ਔਰ ਸਾਡੀ ਐਨਰਜੀ ਬਜਾਏ ਕਿ ਸਿਰਫ ਵੈਰਾਗ ਜਾਂ ਅਫਸੋਸ ਜਾਂ ਨੈਗੇਟਿਵ ਗੱਲਾਂ ਵੱਲ ਜਾਣ ਦੇ, ਇਹ ਹੋਣੀ ਚਾਹੀਦੀ ਹੈ ਕਿ ਕਿਸ ਉੱਦਮ 'ਤੇ ਰਾਜ ਮਿਲੇ, ਸ਼ਤਰੂ 'ਤੇ ਸਭ ਹੋਵੇ ਮਿੱਤਰ। ਸਾਡੇ ਨਾਲ ਕਿਉਂ ਇਹ ਵਾਪਰਿਆ, ਕਿਉਂ ਵਾਪਰ ਰਿਹਾ, ਜਾਂ ਕੱਲ੍ਹ ਨੂੰ ਕਿਉਂ ਵਾਪਰੇਗਾ ਕਿ ਅਸੀਂ ਬੇਕਰੇ, ਅਸੀਂ ਬਹੁ ਗਿਣਤੀ ਦੇ ਜਾਲ ਦੇ ਵਿੱਚ ਫਸੇ 47 'ਚ, ਅੱਜ ਅਸੀਂ ਉਹਨਾਂ ਦੀ ਗੁਲਾਮੀ ਵਿੱਚ ਜਕੜੇ ਹੋਏ ਹਾਂ। ਔਰ ਇਸ ਸਾਰੇ ਨੂੰ ਜਿਹੜਾ ਸਾਨੂੰ ਇਸ ਹੱਦ ਤੱਕ ਹੀ ਲੈਣਾ ਚਾਹੀਦਾ ਤਾਂ ਕਿ ਅਸੀਂ ਕੁਛ ਕਰ ਸਕੀਏ, ਨਾ ਕਿ ਅਸੀਂ ਬੇਬਸੀ 'ਚ ਆਪਣਾ ਮਾਨਸਿਕ ਸੰਤੁਲਨ ਗਵਾ ਲਈਏ। ਫਿਰ ਉਹਨਾਂ ਨੇ ਇਹ ਕਿਹਾ ਕਿ ਜੀ ਬਾਕੀਆਂ ਦੀ ਗੱਲ ਹੁੰਦੀ ਆ, ਆਪਰੇਸ਼ਨ ਵੁੱਡ ਰੋਜ਼ ਜਾਂ ਬਲੈਕ ਥੰਡਰ ਦੇ ਨਹੀਂ ਹੁੰਦੀ। ਬਿਲਕੁਲ ਠੀਕ ਹੈ, ਕਈ ਵਾਰੀ ਇੰਨੀ ਵੱਡੀ ਕੋਈ ਪੀੜ ਹੁੰਦੀ ਹੈ, ਦਰਬਾਰ ਸਾਹਿਬ 'ਤੇ ਹਮਲਾ ਜੂਨ 84 ਜਾਂ ਨਵੰਬਰ 84, ਕਿ ਦੂਸਰੇ ਜਿਹੜੇ ਉਹਨਾਂ ਦੇ ਟੈਕਟਿਕ, ਔਰ ਇਕੱਲਾ ਬਲੈਕ ਥੰਡਰ ਵੁੱਡ ਰੋਜ਼ ਨਹੀਂ, ਆਪਰੇਸ਼ਨ ਚੇਜ਼, ਆਪਰੇਸ਼ਨ ਫਾਈਨਲ ਅਸਾਲਟ, ਆਪਰੇਸ਼ਨ ਫਾਈਨਲ ਸੋਲਿਊਸ਼ਨ, ਬਹੁਤ ਸਾਰੇ ਜੇ ਉਹ ਕਹਿੰਦੇ ਨੇ ਆਪ ਕੇ ਵੀ 2.5 ਲੱਖ ਮਾਰੇ ਨੇ, ਤਾਂ ਅੰਦਾਜ਼ਾ ਲਾਓ ਉਹਨਾਂ ਨੇ ਕਿਹੋ ਜਿਹੇ ਫੈਂਸੀ ਨਾਂ ਰੱਖੇ। ਉਹਨਾਂ ਫਿਰ ਉਹਨਾਂ ਨੇ 100 ਸਾਖੀ ਦੀ ਗੱਲ ਕੀਤੀ ਹੈ। ਦੇਖੋ ਇਹ ਇੱਕ ਫੇਥ ਬੇਸਡ ਗੱਲ ਰਹੀ ਹੈ ਹਮੇਸ਼ਾ, ਕੂਕਿਆਂ 'ਚ ਬਹੁਤ ਜ਼ਿਆਦਾ ਰਿਹਾ, ਜੂਨ 84 ਤੋਂ ਬਾਅਦ ਵੀ ਗੱਲ ਆਈ ਦਸਵੇਂ ਪਾਤਸ਼ਾਹ ਨਾਲ ਜੋੜ ਕੇ ਕਿ ਉਹਨਾਂ ਨੇ ਭਵਿੱਖ ਦੇ ਵਾਕ ਕਹੇ। ਭਾਈ ਰਾਮ ਕੌਰ ਸਿੰਘ ਜਿਹੜੇ ਬਾਬਾ ਬੁੱਢਾ ਜੀ ਦੀ ਫੈਮਿਲੀ 'ਚੋਂ ਸਨ, ਉਹਨਾਂ ਦੇ ਨਾਲ ਬਾਤਾਂ ਨੇ, ਪਰ ਮੈਂ ਸਮਝਦਾ ਵੀ ਸਮਾਂ ਪਾ ਕੇ ਬਹੁਤ ਕੁਛ ਇਹਦੇ 'ਚ ਇਸ ਕਿਸਮ ਦਾ ਮਿਲਾਵਟ ਵਾਲਾ ਜਾਂ ਦੂਜਾ ਆਇਆ ਕਿ ਇਸ ਨੂੰ ਕੋਈ ਰਿਲਾਇਬਲ ਸੋਰਸ ਨਹੀਂ ਕਿਹਾ ਜਾ ਸਕਦਾ, ਜਾਂ ਇਹ ਦਸਵੇਂ ਪਾਤਸ਼ਾਹ ਦੇ ਕੋਈ ਭਵਿੱਖ ਵਾਕਾਂ ਨਾਲ ਸਿੱਧੇ ਤੌਰ 'ਤੇ ਨਹੀਂ ਜੋੜਿਆ ਜਾ ਸਕਦਾ। ਹਾਂ, ਸਾਡੇ ਲਈ ਤਾਂ ਭਵਿੱਖ ਵਾਕ ਇਹੀ ਵੱਡਾ ਕਿ ਇਨ ਗਰੀਬ ਸਿੱਖਣ ਕੋ ਦੇਊਂ ਪਾਤਸ਼ਾਹੀ, ਇਹ ਯਾਦ ਰੱਖੇ ਹਮਰੀ ਗੁਰਿਆਏ। ਸਾਨੂੰ ਕਿਸੇ ਹੋਰ ਐਵੀਡੈਂਸ ਦੀ ਲੋੜ ਨਹੀਂ ਹੈ, ਸਾਨੂੰ ਗੁਰੂ ਨੇ ਪਾਤਸ਼ਾਹੀ ਦਿੱਤੀ ਹੋਈ ਹੈ, ਔਰ ਗੁਰੂ ਨੇ ਸਾਡੇ ਨਾਲ ਇਕਰਾਰ ਕੀਤਾ ਹੋਇਆ ਕਿ ਪੰਥ ਖਾਲਸਾ ਖੇਤੀ ਮੇਰੀ, ਹੋਂ ਸੰਭਾਲ ਕਰੋ ਤਿਸਕੇਰੀ। ਔਰ ਉਹਨਾਂ ਨੇ ਅਖੀਰ ਦੇ ਵਿੱਚ ਇਹ ਕਿਹਾ ਕਿ ਵੀ ਗਿੱਲ ਨੇ ਜੇ ਬਲੈਕ ਥੰਡਰ 'ਚ ਨਾ
ਸਰੈਂਡਰ ਕਰਦੇ ਤੇ ਆਪਰੇਸ਼ਨ ਦਰਬਾਰ ਸਾਹਿਬ ਤੇ ਹਮਲੇ ਵਰਗਾ ਘੱਲੂਘਾਰਾ ਕਰਨਾ ਸੀ। ਬਲੈਕ ਥੰਡਰ 'ਚ ਤਾਂ ਬੰਦੇ ਹੀ ਇਹਨਾਂ ਦੇ ਸੀ, 120 ਦੇ ਕਰੀਬ ਬੰਦੇ ਅੰਦਰੋਂ ਫੜੇ, 90 ਬੰਦੇ 3 ਮਹੀਨੇ ਦੇ ਵਿੱਚ ਬਾਹਰ ਆ ਗਏ। ਉਹ ਸਾਰਾ ਬਲੈਕ ਥੰਡਰ ਜਿਹੜਾ ਸੋ ਕਾਲਡ ਆਪਰੇਸ਼ਨ ਸੀ ਉਹ June 84 ਦੀ ਗਲੋਰੀ ਜਿਹਦੇ 'ਚ ਕਿ ਸਿੰਘ ਅਖੀਰਲੇ ਸਾਹ ਅਖੀਰਲੀ ਗੋਲੀ ਤੱਕ ਜੂਝੇ ਉਸ ਨੂੰ ਡਿਸਟਰੋਏ ਕਰਨ ਦੇ ਲਈ ਸੀ। ਸੋ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਅਮਰਦੀਪ ਸਿੰਘ ਜੀ ਦਾ ਜਿਨ੍ਹਾਂ ਨੇ ਸਾਨੂੰ ਲਿਖਿਆ। ਜੀ ਡਾਕਟਰ ਸਾਹਿਬ, ਪ੍ਰੋਗਰਾਮ ਦੇ ਅਖੀਰਲੇ ਪਰਾਂ ਵਿੱਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 141 ਨੂੰ ਚੁਣਿਆ। ਛੱਬ ਕਹਿ ਅਨੇਕ ਛੱਬ, ਸੋਭਾ ਕਹਿ ਅਨੇਕ ਸੋਭਾ, ਜੋਤ ਕਹਿ ਅਨੇਕ ਜੋਤ, ਨਮੋ ਨਮੋ ਨਮ ਹੈ ਉਸਤਤ ਉਪਮਾ ਮਹਾਤਮ ਮਹਿਮਾ ਅਨੇਕ, ਏਕ ਤਿਲ ਕਥਾ ਅਤ ਅਗਮ ਅਗਮ ਹੈ ਬੁੱਧ ਬਲ ਬਚਨ ਵਿਵੇਕ ਜੋ ਅਨੇਕ ਮਿਲੇ, ਏਕ ਤਿਲ ਆਦ ਬਿਸਮਾਦ ਕਹਿ ਬਿਸਮ ਹੈ, ਏਕ ਤਿਲ ਕਹਿ ਅਨੇਕ ਭਾਂਤ ਨਿਹ ਕਾਂਤ ਭਈ ਅਭਗਤ ਗਤ ਗੁਰ ਪੂਰਨ ਬ੍ਰਹਮ ਹੈ। ਭਾਈ ਸਾਹਿਬ ਨੇ ਇਸ ਕਵਿਤ ਦੇ ਵਿੱਚ ਨਿਰੰਕਾਰ ਦੀ ਸੋਭਾ, ਅਕਾਲ ਪੁਰਖ ਦਾ ਦੀਦਾਰ, ਗੁਰੂ ਦੀ ਮਹਿਮਾ, ਉਸ ਸਾਰੇ ਨੂੰ ਬੜੇ ਖੂਬਸੂਰਤ ਬ੍ਰਿਜ ਪਾਤਸ਼ਾਹ ਦੇ ਅੰਦਾਜ਼ ਨੂੰ ਜਿਹੜਾ ਉਹ ਬਿਆਨੇ ਕਿ ਉਸ ਨਿਰੰਕਾਰ ਦੀ ਛੱਬ ਕਿਆ ਨੇਕ ਛੱਬ ਹੁੰਦਾ ਬਿਊਟੀ, ਮਿਰੀਐਡ ਬਿਊਟੀ, ਜਿਹੜੀ ਅਨਪੈਰਲਡ ਖੂਬਸੂਰਤੀ ਹੈ ਕਿ ਜਦੋਂ ਉਸ ਨਿਰੰਕਾਰ ਵੱਲ ਅਸੀਂ ਦੇਖੀਏ ਉਸ ਦੀ ਜੋਤ ਸਾਡੇ ਅੰਦਰ ਪ੍ਰਕਾਸ਼ ਹੋਏ ਤੇ ਇਸ ਕਿਸਮ ਦੀ ਉਸ ਜੋਤ ਦੀ ਖੂਬਸੂਰਤੀ ਹੈ ਕਿ ਜਿਸ ਦੇ ਸਾਹਮਣੇ ਅਸੀਂ ਕੁਛ ਨਹੀਂ ਕਹਿ ਸਕਦੇ, ਨਮੋ 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 ਨਮ ਹੈ, ਮਤਲਬ ਸੈਲਿਊਟ 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 ਇਸ ਤੋਂ ਬਿਨਾਂ। ਔਰ ਉਸਤਤ ਉਪਮਾ ਮਹਾਤਮ ਮਹਿਮਾ ਅਨੇਕ, ਏਕ ਤਿਲ ਕਥਾ ਅਤ ਅਗਮ ਅਗਮ ਹੈ ਕਿ ਉਸ ਗੁਰੂ ਦੀ ਤਾਰੀਫ ਦੇ ਵਿੱਚ ਉਸਤਤ ਦੇ ਵਿੱਚ ਜਿੰਨਾ ਮਰਜ਼ੀ ਕਹਿ ਲਈਏ ਉਹ ਇੱਕ ਤਿਲ ਸਮਾਨ ਹੈ, ਜਿੰਨਾ ਇੱਕ ਤਿਲ ਦੀ ਤਿਲ ਹੈ ਉਨਾ ਵੀ ਉਸ ਨੂੰ ਅਸੀਂ ਬਿਆਨ ਨਹੀਂ ਕਰ ਸਕਦੇ ਕਿਉਂਕਿ ਉਹ ਉਸ ਦੀ ਕਥਾ ਅਤ ਅਗਮ ਨਿਗਮ ਹੈ, ਉਹ ਅਗਮ ਹੈ ਨਿਗਮ ਹੈ ਉਸ ਦੀ ਸੋਭਾ। ਫਿਰ ਉਹ ਕਹਿੰਦੇ ਨੇ ਬੁੱਧੀ ਬਲ ਬਚਨ ਵਿਵੇਕ ਜੋ ਅਨੇਕ ਮਿਲੇ, ਭਾਵੇਂ ਜਿੰਨੀ ਮਰਜ਼ੀ ਅਕਲ, ਜਿੰਨੀ ਮਰਜ਼ੀ ਤਾਕਤ, ਜਿੰਨੀ ਮਰਜ਼ੀ ਸ਼ਬਦ ਕਹਿਣ ਦੀ ਖੂਬਸੂਰਤੀ, ਜਿਹਨੂੰ ਗਿਫਟ ਆਫ ਦਾ ਗੈਪ ਕਹਿੰਦੇ ਨੇ ਅਮਰੀਕਾ ਦੇ ਵਿੱਚ, ਵਿਵੇਕ, ਜਿੰਨਾ ਮਰਜ਼ੀ ਗਿਆਨ ਹੋਏ, ਏਕ ਤਿਲ ਆਦ ਬਿਸਮਾਦ ਕਹਿ ਬਿਸਮ, ਇਹ ਸਾਰੇ ਬੁੱਧੀ ਗਿਆਨ ਕਹਿਣ ਦੀ ਕਲਾ, ਇਹ ਵੀ ਇੱਕ ਤਿਲ ਮਾਤਰ ਨਹੀਂ ਹੈ, ਜਿੰਨਾ ਉਹ ਬਿਸਮਾਦ ਹੈ, ਜਿੰਨਾ ਉਹ ਅਪਰੰਪਾਰ ਹੈ, ਜਿਸ ਜਿੰਨਾ ਉਸ ਦੀ ਖੂਬਸੂਰਤੀ ਹੈ। ਔਰ ਅਖੀਰ 'ਚ ਭਾਈ ਸਾਹਿਬ ਨੇ ਯਾਦ ਕਰਵਾਇਆ ਏਕ ਤਿਲ ਕੈ ਅਨੇਕ ਭਾਂਤ ਨੇਹ ਕਾਂਤ ਪਈ ਕਿ ਭਾਈ ਜੇ ਉਸ ਸਾਰੇ ਦੇ ਸਾਹਮਣੇ ਅੱਡ ਅੱਡ ਕਿਸਮ ਦੀ ਖੂਬਸੂਰਤੀ ਇੱਕਦਮ ਜਿਹੜੀ ਆ ਉਹ ਬਿਫਰ ਜਾਂਦੀ ਹੈ, ਅਭਗਤ ਗਤ ਗੁਰ ਪੂਰਨ ਬ੍ਰਹਮ ਹੈ ਕਿ ਉਸ ਨਿਰੰਕਾਰ ਦੀ ਗ੍ਰੈਂਡਿਓਰ, ਉਸ ਦੀ ਚਮਕ, ਉਸ ਦਾ ਪ੍ਰਭਾਵ ਇਸ ਕਦਰ ਹੈ ਅਭਗਤ, ਜਿਸ ਨੂੰ ਤੁਸੀਂ ਕਿਸੇ ਗਤ ਕਿਸੇ ਪੈਮਾਨੇ 'ਚ ਨਹੀਂ ਲਿਆ ਸਕਦੇ ਕਿਉਂਕਿ ਉਹ ਪੂਰਨ ਗੁਰੂ ਹੈ, ਪੂਰਨ ਬ੍ਰਹਮ ਹੈ। ਸੋ ਇਹ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲੇ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੈ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ SOS@TVG4.TV ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਬਣਾ ਸੁਣਾ ਗਿਆ ਦੋ, ਦੇਖਦੇ ਰਹੋ TVG4, ਬੁਲਾ ਦਿਓ ਪਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।